अस्सलाम वालेकुम नाज़रीन, मैं सलमान रंजा एक बार फिर थोड़ी खिदमत च हाज़र नवे प्रोग्राम नवे मेहमान के नाल। और सब दोस्तों के गुजारिश जिन्हें जिन्हें मेरा चैनल अजे तक सबसक्राइब नहीं किया, मेरा यूट्यूब चैनल भी सबसक्राइब करो और फेसबुक चैनल भी सबसक्राइब करो। इस वीडियो में भी शेयर जरूर करना है। हूँ चलने अज के मेहमान अल अज मेरे मेहमान मंडी बाउलदीन के नौजवान जेडे मंडी बाउलदीन का फ्यूचर अपने सिर अपने मोढ़िया धर के टुर पे ने और इंशाला अगे लैके चलन दे। इन्हें एक टाइम काफ़ी सारे काम कर रहे हैं कि जो कि बहुत मुश्किल है। सिर्फ एक काम नहीं कर रहे हैं, एक काम इन्हें पूछा दे भी केड़े केड़े कर रहे हैं। एक आर्टिस्ट ने स्कॉप्टर ने जिस मुजस्मे बनाने वाले आखते हैं मिट्टी के मुजस्मे बनाने वाले, इस तो इलावा केड़े केड़े काम कर रहे हैं वो असं इन्हों को पूछा दे। शाह अहमद गोंदल साहब आर्टिस्ट स्कॉप्टर की हाल सर, ठीक हो? सलमान भाई बहुत शुक्रिया पढ़ो इतने तारों वास्ते कि इतने अल्फाज इस्तेमाल किए हैं। बिल्कुल मैं जड़ा ना ये चीज़ा हैं आर्टिस्ट एक होना मतलब इस साढ़े थोड़ी जी उस जो दायरे समझ आता है अजीब जी शायद, लेकिन इतना अजीब नहीं है अगर थोड़ा जहा समझा जाए ना। असल जी वास्ते बड़ी मैं एक टाइम तो मैं आर्टिस्ट या पेंटिंग मैं सीखी है ड्रॉइंग सीखी, उस तो बाद मैं स्कल्पचर सीखी मुझे बनाना, फिर सरैमिक एक डिपार्टमेंट है बर्तन जो सा बनाते ना पेंट चो बर्तन, तो मैं पहली बार इतने आके सीखी एनसीएच के बर्तन लखन भी सेल होते मिट्टी के बर्तन जी मिट्टी के बर्तन जो तरीकाकार होंगे टैक्नीक वो बर्तन कम पैसे लखन दे मतलब नेपाल का आर्टिस्ट ही साढ़े को आया से नेपाल तो नेपाल कला प्रेमी का नाम से एग्जीबिशन ਮਾਜ਼ਰਤ ਨਾਲ ਤੁਹਾਡੀ ਮੈਂ ਗੱਲ ਟੋਕਣ ਲਗਾ। ਪਹਿਲੇ ਤੁਸੀਂ ਇਹ ਦੱਸੋ ਵੀ ਤੁਹਾਡਾ ਤਲਕ ਬਾਰਮੂਸਾ ਨਾਲ ਰਾਈਟ? ਜੀ ਜੀ ਬਿਲਕੁਲ ਬਾਰਮੂਸਾ ਨਾਲ। ਅੱਛਾ ਤੁਸੀਂ ਇਸ ਟਾਈਮ ਪਹਿਲੇ ਆਪਣੀ ਯੂਨੀਵਰਸਿਟੀ ਦਾਖਲ ਕਰਵਾਓ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਔਰ ਜਦੋਂ ਤੁਸੀਂ ਯੂਨੀਵਰਸਿਟੀ ਦਾਖਲਾ ਲੈਣ ਗਏ ਤੁਹਾਨੂੰ ਕੋਈ ਮੁਸ਼ਕਲਾਂ ਘਰੇਲੋ ਜਾਂ ਮਾਸ਼ੇਲੋ ਵੀ ਤੂੰ ਕਿਹੜਾ ਇਹ ਕੰਮ ਸ਼ੁਰੂ ਕਰਨ ਲੱਗਾ? ਇੱਕ ਅਲੱਗ ਕੰਮ ਹੈ ਸਾਰਿਆਂ ਨਾਲੋਂ ਜ਼ਰਾ ਹਟ ਕੇ ਕੰਮ ਹੈ, ਕਿਉਂਕਿ ਸਾਡਾ ਇੱਕ ਕੰਸੈਪਟ ਹੁੰਦਾ ਇੱਕ ਜ਼ਿਹਨ ਮਾਈਂਡ ਸਾਡਾ ਇੱਕ ਮਾਈਂਡ ਹੁੰਦਾ ਹੈ ਵੀ ਫੋਰ ਐਗਜ਼ਾਮਪਲ ਵੀ ਅਸਾਂ ਮੁੰਡੇ ਨੂੰ ਭਰਤੀ ਕਰਾਉਣਾ ਹੈ ਨਾ ਪੁਲਿਸ ਵਿੱਚ ਵੀ ਮੁੜ ਕੇ ਸਿੱਧਾ ਸਿੱਧਾ ਆ ਗਿਆ ਮਤਲਬ ਫੇ ਕਰੋ ਜਾਂ ਮੈਟ੍ਰਿਕ ਕੈਫੇ ਤੋਂ ਬਾਅਦ ਸਿੱਧਾ ਪੁਲਿਸ ਵਿੱਚ ਜਾਂ ਬੈਂਕ ਵਿੱਚ ਲਵਾਉਣਾ ਤੇ ਉਹ ਫਿਰ ਸਿੱਧਾ ਸਿੱਧਾ ਬੀਏ ਐਮਏ ਬਾਅਦ ਫਿਰ ਬੈਂਕ ਆ ਲੈ ਮਤਲਬ ਜਿਹੜੇ ਸ਼ੋਭੇ ਵਾਲੇ ਸਾ ਜਾਣਾ ਹੁੰਦਾ ਅਸੀਂ ਉਹ ਤਾਲੀਮ ਹਾਸਲ ਕਰਨੀ ਆ। ਤੁਸੀਂ ਮਤਲਬ ਕਿ ਅਲੱਗ ਜਿਹਾ ਇੱਕ ਚੁਣਿਆ ਇੱਕ ਸ਼ੋਭਾ ਇਸ ਦੀ ਵਜ੍ਹਾ ਸਰ ਜੀ ਬੜਾ ਇੰਪੋਰਟੈਂਟ ਕੁਐਸਚਨ ਪੁੱਛਿਆ ਤੇ ਇਹ ਬੰਦਾ ਮੇਰੇ ਦੁਆਰ ਬੰਦਾ ਹੀ ਪੁੱਛਦਾ ਮਤਲਬ ਜਿਹੜਾ ਨਾ ਇਹ ਸਵਾਲ ਕਿ ਤੂੰ ਇਸ ਪਾਸੇ ਕਿਤੇ ਲੱਗ ਗਿਆ। ਜੀ ਜੀ ਮਤਲਬ ਕਾਫੀ ਐਸੇ ਵੀ ਆਏ ਜਿਹੜੇ ਲਾਹੌਰ ਪੜ੍ਹਦੇ ਹਨ ਜੀ ਸੀ ਜਿਹੜੇ ਮਿਲਣੇ ਵਾਲੇ ਮੰਡੀ ਤੋਂ ਮਤਲਬ ਦੇਣ ਤੋਂ ਬਾਈ ਤੂੰ ਕਿਵੇਂ ਇੱਥੇ ਆ ਗਿਆ ਬਾ ਐਨ ਸੀ ਐਨ ਵੇ ਤੇ ਨਾਲ ਹੀ ਬਿਲਡਿੰਗ ਉਹਦੀ ਤੇ ਉਹ ਤੇ ਦਿਨ ਬਸ ਗੇਟ ਵੇ ਦੇ ਆਸ ਅੰਦਰ ਕਿਵੇਂ ਜਾਣਾ ਤੇ ਤੂੰ ਇੱਥੇ ਪੜ੍ਹਦਾ ਉਹ ਫਿਰ ਇਸ ਟਾਈਮ ਮੈਂ ਐਫ ਐਸ ਸੀ ਕੀਤੀ ਸੀ ਸਰਗੋਧਾ ਤੋਂ ਮੇਰੀ ਐਫ ਐਸ ਸੀ ਹੈ ਉਸ ਤੋਂ ਬਾਅਦ ਮੈਂ ਲਾਹੌਰ ਆ ਗਿਆ ਗੁਆਂਟੀਐਸ ਦੀ ਤਿਆਰੀ ਵਾਸਤੇ ਸਿਵਲ ਇੰਜੀਨੀਅਰ ਵਾਸਤੇ ਜੀ ਜੀ ਆ ਕੇ ਨਾਲ ਇੱਕ ਮੁੰਡਾ ਸੀ ਉਸ ਤਿਆਰੀ ਵਾਸਤੇ ਤਿਆਰੀ ਕਰ ਰਿਹਾ ਸੀ ਐਨ ਸੀ ਏ ਤੇ ਮੈਂ ਉਸ ਤੋਂ ਪੁੱਛਿਆ ਉਸ ਮੈਂ ਐਨ ਸੀ ਏ ਦੇ ਬਾਰੇ ਥੋੜ੍ਹਾ ਜਿਹਾ ਦੱਸਿਆ ਫਿਰ ਮੈਂ ਵਿਜ਼ਿਟ ਕੀਤਾ ਜਾ ਕੇ ਐਨ ਸੀ ਏ ਨਾ ਤੇ ਉੱਥੇ ਐਡਮਿਸ਼ਨ ਇਨਫੋਰਮੇਸ਼ਨ ਲਈ ਮੈਨੂੰ ਜਿਹੜਾ ਡਿਪਾਰਟਮੈਂਟ ਅੱਛਾ ਲੱਗਦਾ ਸੀ ਉੱਥੇ ਡਿਪਾਰਟਮੈਂਟ ਆ ਗਿਆ ਟੈਕਸਚਰ ਡਿਪਾਰਟਮੈਂਟ ਵੀ ਉੱਥੇ ਸੀ ਮੇਰੀ ਮੈਡਮ ਨੇ ਕਿਹਾ ਜਿਹੜੀ ਉੱਥੇ ਬੈਠੀ ਸੀ ਕਿ ਯਾਰ ਮੈਂ ਕਿਹਾ ਟੈਸਟ ਵਾਸਤੇ ਕੀ ਚੀਜ਼ਾਂ ਰਿਕੁਆਇਰਡ ਨੋ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਉਸ ਅਗਰ ਤੇਰਾ ਨਾਲ ਦੋਸਤ ਬੈਠਾ ਬਣਾ ਲੇਗਾ ਮਤਲਬ ਇਹਦਾ ਸਕੈਚ ਕਰ ਲੇਗਾ ਮੈਂ ਕਿਹਾ ਨਹੀਂ ਮੈਡਮ ਇਹਦਾ ਕਿਦੋਂ ਮੈਂ ਕਰਨਾ ਵਾ ਬਾਕੀ ਮੈਂ ਹੋ ਸਕਦਾ ਅੱਛਾ ਬੇਟਾ ਫਿਰ ਗੋਸ ਸੇਕ ਕੇ ਆਓ ਫਿਰ ਮੈਂ ਵਾਲਦ ਸਾਹਿਬ ਨਾਲ ਗੱਲ ਕੀਤੀ ਵਾਲਦ ਸਾਹਿਬ ਵੀ ਆਖਿਆ ਯਾਰ ਇਹ ਕਿਹੜਾ ਕੰਮ ਲੱਗ ਗਿਆ ਬੇ ਕੋਈ ਕੰਮ ਕੰਜਰਾਂ ਵਾਲਾ ਕੰਮ ਮੈਂ ਕੰਜਰਾਂ ਵਾਲਾ ਕਾਲਜ ਉਹਨਾਂ ਥੋੜ੍ਹੀ ਇਨਫੋਰਮੇਸ਼ਨ ਅੱਗੋਂ ਪਿੱਛੋਂ ਲਈ ਕਾਲਜ ਦੀ ਮੈਂ ਬਹਰਹਾਲ ਉਹਨਾਂ ਨੂੰ ਥੋੜ੍ਹਾ ਜਿਹਾ ਨਾ ਉਹਨਾਂ ਨੇ ਯਕੀਨ ਧਿਆਨ ਨਹੀਂ ਕਰਾਈ ਨਹੀਂ ਇਨਸ਼ਾਅੱਲਾ ਮੈਂ ਜਿਹੜਾ ਕਰਨ ਇਸ ਚੀਜ਼ ਤੇ ਵੇਖੋ ਮੈਂ ਕਰਨ ਕੀ ਜਾ ਰਿਹਾ ਤਾਂ ਮੈਨੂੰ ਇੱਕ ਮੌਕਾ ਦਿਓ ਮੈਂ ਇੱਕ ਸਾਲ ਲਿਆ ਵਾਲਦ ਸਾਹਿਬ ਤੋਂ ਮੈਂ ਇੰਟਰਵਿਊ ਦਿੱਤਾ ਮੇਰਾ ਟੈਸਟ ਮਾਸ਼ਾਅੱਲਾ ਮੈਂ ਦਿੱਤਾ ਮੇਰਾ ਟੈਸਟ ਪਾਸ ਹੋ ਗਿਆ ਡਰਾਇੰਗ ਦਾ ਟੈਸਟ ਮੇਰਾ ਪਾਸ ਹੋਇਆ ਮੇਰਾ ਮੈਰਿਟ ਚੋਂ ਨਾ ਆ ਗਿਆ ਇੰਟਰਵਿਊ ਦਿੱਤਾ ਪਹਿਲੇ ਸਾਲ ਮੇਰਾ ਇੰਟਰਵਿਊ ਫੇਲ ਹੋ ਗਿਆ ਅੱਛਾ ਤੇ ਇੰਟਰਵਿਊ ਚੋਂ ਸਵਾਲ ਪੁੱਛਿਆ ਸੀ ਕਿ ਤਲਕ ਕੇ ਕਿੱਥੋਂ ਮੈਂ ਮੰਡੀ ਮੈਂ ਦੱਸਿਆ ਮੰਡੀ ਬਾਉਲਦੀਨ ਦਾ ਤੇ ਉਹਨਾਂ ਫਿਰ ਸਵਾਲ ਮੰਡੀ ਦੇ ਐਸੇ ਕੁਝ ਸਵਾਲ ਪੁੱਛੇ ਜਿਹੜੇ ਮੈਨੂੰ ਵੀ ਨਹੀਂ ਪਤਾ ਸੀ ਉਸ ਤੋਂ ਬਾਅਦ ਮੈਨੂੰ ਚੀਜ਼ਾਂ ਪਤਾ ਲੱਗੀਆਂ ਉਹਨਾਂ ਨੇ ਪੁੱਛਿਆ ਕਿ ਸਿਕੰਦਰ ਯੂਨਾਨੀ ਦੇ ਬਾਰੇ 'ਚ ਕੀ ਤੁਹਾਡੀ ਰਾਏ ਮੈਂ ਸਿਕੰਦਰ ਨੂੰ ਪੜ੍ਹਿਆ ਸੀ ਐਜ਼ ਆ ਮਤਲਬ ਕਿ ਬਾਦਸ਼ਾਹ ਸੀ ਉਹਨੇ ਫਤਿਹ ਕੀਤੀ ਸੀ ਸਾਰੀ ਮਤਲਬ ਲੇਕਿਨ ਇਹ ਨਹੀਂ ਪਤਾ ਉਹਦਾ ਤਾਲੁਕ ਮੰਡੀ ਬਾਉਲਦੀਨ ਨਾਲ ਕੀ ਤਾਲੁਕ ਹੈ ਫਿਰ ਬਾਅਦ ਚੋਂ ਪਤਾ ਲੱਗਾ ਕਿ ਉਹਦੀ ਆਖਰੀ ਜੰਗ ਜਿਹੜੀ ਉਸ ਮੌਂਗ ਵਾਲੇ ਟਿੱਬੇ ਤੇ ਹੋਈ ਸੀ ਉਹਦੀ ਆਖਰੀ ਜੰਗ ਜਿਹੜੀ ਸੀ ਤੇ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਉਹ ਡੀਪ ਕੁਐਸਚਨ ਸੀ ਉਹਨਾਂ ਦੇ ਕਾਫੀ ਹਿਸਟਰੀ ਪੜ੍ਹਨ ਦਾ ਮੌਕਾ ਲੱਭਾ ਫਿਰ ਜਿਹੜਾ ਮੈਂ ਦੁਬਾਰਾ ਤਿਆਰੀ ਕੀਤੀ ਪੂਰੀ ਆਪਣੀ ਆਪ ਤਿਆਰੀ ਕੀਤੀ ਮੈਂ ਸਾਰੀ ਤੇ ਅਗਲੇ ਸਾਲ ਫਿਰ ਦਿੱਤਾ ਤੇ ਅਗਲੇ ਸਾਲ ਇਨਸ਼ਾਅੱਲਾ ਮੇਰਾ ਜਿਹੜਾ ਮੈਰਿਟ ਤੇ ਨਾ ਮੇਰਾ ਨਾਂ ਚੌਥੇ ਨੰਬਰ ਸੀ ਲਿਸਟ 'ਚ ਨਾ ਤੇ ਮੇਰਾ ਐਡਮਿਸ਼ਨ ਹੋ ਗਿਆ
ਉਸ ਤੋਂ ਬਾਅਦ ਮਾਸ਼ਾਅੱਲਾ ਕਾਫੀ ਲੜਕੇ ਮਿਲਦੇ ਬਦਨ ਮੰਡੀ ਬਾਲ ਦੀਨ ਦੇ ਵੀ ਸਰਗੋਧਾ ਦੇ ਵੀ ਜਿਹੜੇ ਲੜਕੀਆਂ ਵੀ ਹੁੰਦੀਆਂ ਲੜਕੇ ਵੀ ਕਾਫੀ ਉਹ ਪੁੱਛਦੇ ਰਹਿੰਦੇ ਕਿ ਭਾਈ ਤੁਹਾਡਾ ਐਡਮਿਸ਼ਨ ਕਿਵੇਂ ਹੋਇਆ ਜਿਹੜਾ ਐਨ ਸੀ ਐਮ ਜਾਣਦੇ ਨਾ ਥੋੜ੍ਹਾ ਜਿਹਾ ਸਮਝਦੇ ਨੇ ਇਸਦਾ ਆਰਟਿਸਟ ਕਿਵੇਂ ਹੁੰਦੇ ਨੇ ਆਰਟ ਕੀ ਹੁੰਦੀ ਹੈ ਡਿਫਰੈਂਟ ਕੁਐਸਚਨ ਪੁੱਛਦੇ ਨੇ ਉਹਨਾਂ ਫਿਰ ਮੈਂ ਨਾਲ ਨਾਲ ਸਾਰਾ ਉਹਨਾਂ ਨੂੰ ਮੈਂ ਦੱਸਦਾ ਕਿਵੇਂ ਤੁਸੀਂ ਇੱਥੇ ਐਡਮਿਸ਼ਨ ਲੈਣਾ ਈਵਨ ਕਿ ਮੇਰੇ ਦੋ ਸਟੂਡੈਂਟ ਹੈ ਉਹਨਾਂ ਦਾ ਹੀ ਸਾਰਾ ਐਡਮਿਸ਼ਨ ਹੋਇਆ ਐਨ ਸੀ ਐਚ ਮਰਨ ਸਿਖਾਇਆ ਸੀ ਪੜ੍ਹਾਇਆ ਸੀ ਸਾਰਿਆਂ ਦਾ ਨਾਲ ਨਾਲ ਅਤੇ ਅਜੇ ਹੁਣ ਮਾਸ਼ਾਅੱਲਾ ਮੇਰਾ ਚੌਥਾ ਸਾਲ ਅਗਲਾ ਸਾਲ ਮੇਰਾ ਆਖਰੀ ਫਾਈਨਲ ਈਅਰ ਹੈ ਅਤੇ ਨਾਲ ਨਾਲ ਮੈਂ ਫਿਰ ਆਪਣਾ ਕੰਮ ਵੀ ਕਰਦਾ ਰਹਿੰਦਾ ਨਾਲ ਜਿਹੜਾ ਬੰਦਾ ਉਹਨਾਂ ਨੂੰ ਗਾਈਡ ਵੀ ਕਰਦਾ ਰਹਿੰਦਾ ਮੈਂ ਇੰਟਰਨੈਸ਼ਨਲ ਆਰਟਿਸਟ ਉਹਨਾਂ ਨਾਲ ਵੀ ਕੰਮ ਕੀਤਾ ਮੈਂ ਜਿਹੜੇ ਇੱਥੋਂ ਦੇ ਪਾਕਿਸਤਾਨੀ ਆਰਟਿਸਟ ਨੂੰ ਵੱਡੇ ਵੱਡੇ ਉਹਨਾਂ ਨਾਲ ਵੀ ਕੰਮ ਕੀਤਾ ਮਾਸ਼ਾਅੱਲਾ ਕਾਫੀ ਕੁਛ ਸਿੱਖਣ ਨੂੰ ਲੱਗਾ ਇਸ ਚੀਜ਼ 'ਚ ਜੀ ਬਿਲਕੁਲ ਮਤਲਬ ਤੁਸੀਂ ਮੰਡੀ ਬਾਲ ਦੀਨ ਦੇ ਪਹਿਲੇ ਸਟੂਡੈਂਟ ਹੋ ਜੀ ਨਾ ਇਸ ਕਾਲਜ ਵਿੱਚ ਦਾਖਲਾ ਮਿਲਿਆ ਜੀ ਨਾ ਬਿਲਕੁਲ ਮੈਂ ਪਹਿਲਾ ਸਟੂਡੈਂਟ ਹਾਂ ਇਸ ਮੰਡੀ ਬਾਲ ਦੀਨ ਦਾ ਪਹਿਲਾ ਸਟੂਡੈਂਟ ਹਾਂ ਉਸ ਤੋਂ ਪਹਿਲਾਂ ਜਿਹੜਾ ਸਰਗੋਧਾ ਦੇ ਸਟੂਡੈਂਟ ਹੈ ਮੰਡੀ ਦਾ ਕੋਈ ਸਟੂਡੈਂਟ ਨਹੀਂ ਆਇਆ ਫਿਲਹਾਲ ਤੇ ਲੇਕਿਨ ਮੈਂ ਚਾਹੁੰਦਾ ਕਿ ਮੰਡੀ ਦੇ ਸਟੂਡੈਂਟ ਮਤਲਬ ਇੱਕ ਮੈਨੂੰ ਫੀਲ ਮੈਨੂੰ ਫੀਲ ਵੀ ਹੁੰਦਾ ਇੱਥੇ ਕਿ ਜਿੱਥੇ ਦੂਜੀ ਯੂਨੀਵਰਸਿਟੀਆਂ ਵਿੱਚ ਨਾ ਕਦਮ ਯੂਨੀਵਰਸਿਟੀ ਹੋ ਗਿਆ ਪੰਜਾਬ ਯੂਨੀਵਰਸਿਟੀ ਕਾਫੀ ਮੰਡੀ ਦੇ ਲੜਕੇ ਆਏ ਲੇਕਿਨ ਇੱਥੇ ਉਹ ਨਹੀਂ ਹੈ ਲੜਕੇ ਨਾ ਤੋ ਇਨਵਾਇਰਮੈਂਟ ਨਹੀਂ ਹੈ ਪੂਰਾ ਤੇ ਯਕੀਨ ਮੰਨੋ ਸਲਮਾਨ ਭਾਈ ਇੱਕ ਐਸੀ ਫੀਲਡ ਏ ਵਾਲੀ ਤੁਸੀਂ ਪਹਿਲੇ ਦਿਨ ਤੋਂ ਇਸ ਚੋ ਕਮਾ ਸਕਦੇ ਹੋ ਮੈਂ ਹੁਣ ਮਾਸ਼ਾਅੱਲਾ ਆਪਣੀ ਅਰਨਿੰਗ ਕਰਦਾ ਨਾਲੋ ਨਾਲ ਮੈਨੂੰ ਕੰਮ ਵੀ ਲੱਭਦਾ ਆਨਲਾਈਨ ਵੀ ਲੱਭਦਾ ਉਸ ਤੋਂ ਇਲਾਵਾ ਵੀ ਮੈਂ ਆਪਣਾ ਜਿਹੜਾ ਕੰਮ ਮਿਲਦਾ ਮੇਰਾ ਕੰਮ ਅੱਛਾ ਚੱਲ ਰਿਹਾ ਮੈਂ ਆਪਣੀ ਅਰਨਿੰਗ ਕਮਾ ਲੈਂਦਾ ਆਰਮੀ ਨੇ ਕੋਈ ਨਾ ਕੋਈ ਮੇਰੇ ਕੋਲ ਗੁੰਜਾਇਸ਼ ਹੁੰਦੀ ਕਿ ਮੈਂ ਆਪਣੇ ਆਪਣੇ ਸਰਕਟ ਚਲਾਈ ਰੱਖਦਾ ਤੇ ਇਤਨਾ ਇੱਕ ਇਸ ਚੀਜ਼ ਫੀਲਡ 'ਚ ਹੋਇਆ ਕਿ ਸਟੂਡੈਂਟ ਲਾਈਫ 'ਚ ਕਮਾਉਣਾ ਸੀ ਸ਼ੁਰੂ ਕਰ ਸਕਦੇ ਹੋ ਕਿਉਂਕਿ ਕਲਾ ਹੈ ਨਾ ਤੁਹਾਡੇ ਕੋਲ ਇੱਕ ਆਰਟ ਤੁਹਾਡੇ ਕੋਲ ਇੱਕ ਆਪਣਾ ਮਤਲਬ ਹੋਣਾ ਉਸਨੂੰ ਤੁਸੀਂ ਜਿਵੇਂ ਬਿਹਤਰ ਕਰਕੇ ਉਸਨੂੰ ਤੁਸੀਂ ਅੱਗੇ ਹੁਨਰ ਨੂੰ ਮਤਲਬ ਚੀਜ਼ਾਂ ਬਣਾ ਕੇ ਉਸਨੂੰ ਐਗਜ਼ੀਬਿਸ਼ਨ ਹੁੰਦੀਆਂ ਨੇ ਬਕਾਇਦਾ ਡਿਪਾਰਟਮੈਂਟ ਤੇ ਵਾਲਦੈਨ ਨੂੰ ਥੋੜਾ ਜਿਹਾ ਮਤਲਬ ਇਸ ਚੀਜ਼ ਤੋਂ ਐਡਵਾਂਸ ਸੀ ਟਾਈਮ ਐਸਾ ਆ ਗਿਆ ਹੁਣ ਵੇਖੋ ਤੁਸੀਂ ਜਿਹੜਾ ਵੀਡੀਓ ਤੇ ਕਰ ਰਹੇ ਹੋ ਵਲੌਗਿੰਗ ਆਉਂਦੀ ਬਕਾਇਦਾ ਪ੍ਰੋਪਰ ਜੀ ਬਿਲਕੁਲ ਇਹ ਵੀ ਪੂਰੀ ਇੱਕ ਪੂਰਾ ਇੱਕ ਵੀ ਆਫਿਸ ਹੁੰਦਾ ਜਿਸ ਤੋਂ ਤੁਸੀਂ ਅਰਨਿੰਗ ਕਰਦੇ ਹੋ ਤੇ ਮਾਸ਼ਾਅੱਲਾ ਮੇਰੇ ਕਾਲਜ ਦੇ ਕਾਫੀ ਵੱਡੇ ਵੱਡੇ ਵਲੌਗਰ ਹਨ ਉਸ ਵਿੱਚ ਖਾਨੋ ਹੈ ਉਸ ਤੋਂ ਬਾਅਦ ਆਰਟ ਬਾਈ ਵਾਸਿਫ ਹੈ ਉਹ ਯੂਟਿਊਬ ਕਾਫੀ ਅਰਨਿੰਗ ਕਰ ਰਹੇ ਉਹਨਾਂ ਦੀ ਵੀਡੀਓਜ਼ ਤੋਂ ਤੇ ਟੂਰਿਸਟ ਵੀ ਕਾਫੀ ਉਹਨਾਂ ਨਾਲ ਮਤਲਬ ਅਟੈਚ ਹੁੰਦੇ ਹਨ ਜੀ ਬਿਲਕੁਲ ਅੱਛਾ ਸਭ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਵੀਡੀਓ ਸ਼ੇਅਰ ਕਰਦੇ ਜਾਓ ਅੱਗੇ ਅਸੀਂ ਚਲੋ ਸਵਾਲ ਜਵਾਬ ਦਾ ਸਿਲਸਿਲਾ ਅੱਗੇ ਸ਼ੁਰੂ ਰੱਖਨੇ ਆ ਅਸੀਂ ਸਭ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਹਨਾਂ ਦੀ ਗੱਲਾਂ ਸੁਣ ਸਕਣ ਅੱਛਾ ਸ਼ਾਮ ਬਾਈ ਇਸ ਤੋਂ ਅੱਗੇ ਚਲੋ ਕਿ ਤੁਸੀਂ ਇੱਕ ਟਾਈਮ 'ਚੋਂ 4 to 5 ਕੰਮ ਕਰ ਰਹੇ ਹੋ ਉਹ ਜ਼ਰਾ ਵੀ ਦੱਸ ਦਿਓ ਕਿ ਤੁਸੀਂ ਕਿਹੜੇ ਕਿਹੜੇ ਕੰਮ ਕਰ ਰਹੇ ਹੋ ਜੀ ਸਲਮਾਨ ਭਾਈ ਮੈਂ ਉਸ 'ਚ ਪਹਿਲੇ ਤੇ ਡਰਾਇੰਗ ਹੁੰਦੀ ਹੈ ਡਰਾਇੰਗ ਕਰਕੇ ਫਿਰ ਪੇਂਟਿੰਗ ਹੁੰਦਾ ਕਲਰ ਜਿਹੜੇ ਅਸੀਂ ਹੁੰਦੇ ਨੇ ਪੇਂਟਿੰਗ ਕਾਫੀ ਕਿਸਮਾਂ ਆਉਂਦੀਆਂ ਨੇ ਓਇਲ ਪੇਂਟ ਹੁੰਦਾ ਅਕਰੈਲਿਕ ਹੁੰਦਾ ਫਿਰ ਵਾਟਰ ਕਲਰ ਜਿਹੜੇ ਪਾਣੀ ਨਾਲ ਰੰਗ ਕਰੀਦੇ ਨੇ ਵਾਟਰ ਕਲਰ ਹੁੰਦੇ ਨੇ ਤੇ ਫਿਰ ਇੱਕ ਕਲਰ ਅਸੀਂ ਦੀਵਾਰਾਂ ਦੇ ਕਰਦੇ ਹਾਂ ਨਾ ਦੂਜੇ ਉਹ ਵੀ ਹੁੰਦੇ ਨੇ ਤੇ ਉਸ 'ਚੋਂ ਮੈਂ ਇਹ ਇੱਕ ਚੀਜ਼ ਹੋ ਗਈ ਡਰਾਇੰਗ ਅਤੇ ਪੇਂਟਿੰਗ ਉਸ ਤੋਂ ਬਾਅਦ ਸਕੈਚਰ ਆ ਜਾਂਦਾ ਮੁਜਸਮੇ ਜਿਹੜੇ ਬਣਾਈ ਦੇ ਨਾ ਮਿੱਟੀ ਦੇ ਮਿੱਟੀ ਤੋਂ ਸ਼ੁਰੂ ਹੁੰਦਾ ਫਿਰ ਉਸ ਤੋਂ ਬਾਅਦ ਲੋਹੇ ਦੇ ਵੀ ਮੁਜਸਮੇ ਬਣਦੇ ਨੇ ਤੇ ਇੰਜ ਕਰਕੇ ਜਿਹੜੇ ਪੁਰਾਣੇ ਜ਼ਮਾਨੇ 'ਚ ਬਣਦੇ ਆ ਕਾਫੀ ਤੇ ਉਹ ਵੀ ਚੀਜ਼ ਇੱਕ ਹੈ ਹਰ ਮੁਜਸਮੇ ਦੇ ਅੰਦਰ ਸ਼ੁਰੂ ਕਾਫੀ ਚੀਜ਼ਾਂ ਆ ਜਾਂਦੀਆਂ ਸਕਪਚਰ 'ਚੋਂ ਨਾ ਫਿਰ ਉਸ ਤੋਂ ਬਾਅਦ ਆ ਜਾਂਦੀ ਫੀਲਡ ਸਾਡੀ ਜਿਹੜੀ ਨਾ ਡਿਜ਼ਾਇਨਿੰਗ ਡਿਜ਼ਾਇਨ ਕਰਨਾ ਗ੍ਰਾਫਿਕ ਡਿਜ਼ਾਇਨਿੰਗ ਵੀ ਹੁੰਦੀ ਹੈ ਡਿਫਰੈਂਟ ਪੋਸਟਰਸ ਡਿਜ਼ਾਇਨ ਕਰਨੇ ਚੀਜ਼ਾਂ ਡਿਜ਼ਾਇਨ ਕਰਨੀਆਂ ਫਿਰ ਆ ਜਾਂਦਾ ਪਲੈਨਿੰਗ ਹਾਊਸ ਪਲੈਨਿੰਗ ਮੈਂ ਵੈਸੇ ਬੇਸਿਕਲੀ ਆਰਕੀਟੈਕਟ ਦੀ ਡਿਗਰੀ ਲੈ ਰਿਹਾ ਐਨ ਸੀ ਤੋਂ ਲੇਕਿਨ ਐਨ ਸੀ ਦੀ ਖੂਬਸੂਰਤੀ ਇਹ ਨੈਸ਼ਨਲ ਕਾਲਜ ਆਫ ਆਰਟਸ ਦੀ ਕਿ ਇਹ ਦੁਆਨਾ ਪਹਿਲਾ ਸਾਲ ਜਿਹੜਾ ਤੁਹਾਡਾ ਹੁੰਦਾ ਨਾ ਬੱਚੇ ਦਾ ਇਹ ਤੁਹਾਨੂੰ ਸਾਰੇ ਜਿੱਥੇ ਡਿਪਾਰਟਮੈਂਟ ਦੇ ਬੱਚੇ ਇਕੱਠੇ ਕਰ ਦਿੰਦੇ ਨੇ ਇਹ ਉਹਨਾਂ ਨੂੰ ਚਾਰ ਡਿਪਾਰਟਮੈਂਟ ਚਾਰ ਹੀ ਚੀਜ਼ਾਂ ਸਿਖਾਉਂਦੇ ਨੇ ਤਿੰਨ ਤਿੰਨ ਮਹੀਨੇ ਨਾ ਤੁਹਾਨੂੰ ਹਰ ਚੀਜ਼ ਸਿਖਾਉਣਗੇ ਤਾਂ ਫਿਰ ਤੁਸੀਂ ਆਪਣੇ ਡਿਪਾਰਟਮੈਂਟ 'ਚ ਜਾਓਗੇ ਆਪਣੇ ਡਿਪਾਰਟਮੈਂਟ 'ਚ ਤੁਹਾਨੂੰ ਹਰ ਚੀਜ਼ ਆ ਜਾਂਦੀ ਮਤਲਬ ਸਾਰੇ ਹੁਨਰ ਤੁਹਾਡੇ ਇੱਕ ਬੱਚੇ ਵਿੱਚ ਨਾ ਸਿਸਟਮ ਆਫ ਪਾਸ ਆਊਟ ਹੁੰਦਾ ਨਾ ਨਿਕਲਦਾ ਕਾਲਜ 'ਚ ਯੂਨੀਵਰਸਿਟੀ 'ਚ ਉਹਦੇ ਕੋਲ ਸਾਰੀਆਂ ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਸਾਰੀਆਂ ਉਹ ਸਿੱਖੀਆਂ ਹੁੰਦੀਆਂ ਨੇ ਤੇ ਫਿਰ ਨਾਲ ਨਾਲ ਮੈਂ ਮਾਸ਼ਾਅੱਲਾ ਪਿੰਡ 'ਚ ਮੇਰੇ ਸਾਲ ਹੋ ਗਿਆ ਮੈਂ ਬਾਰਮੂਸਾ ਵੈਲਫੇਅਰ ਸੁਸਾਇਟੀ ਟਰੱਸਟ ਵੀ ਚਲਾ ਰਿਹਾ ਉਸ 'ਤੇ ਵੀ ਮਤਲਬ ਚੀਜ਼ਾਂ ਜਿਹੜੀਆਂ ਕਾਫੀ ਮੈਂ ਉਹ ਵੀ ਦੇਖ ਰਿਹਾ ਨਾਲ ਨਾਲ ਆਪਣੀਆਂ ਨਾ ਪਿੰਡ ਵਾਸਤੇ ਵੀ ਕਿ ਲੋਕਾਂ ਨੂੰ ਐਜੂਕੇਟ ਕਰ ਰਿਹਾ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਵਿੱਚ ਵੀ ਚੀਜ਼ਾਂ ਜਿਹੜੀਆਂ ਨਾ ਬੱਚੇ ਜਿਹੜੇ ਨੇ ਉਹਨਾਂ ਉਹ ਵੀ ਸਿੱਖਣ ਇਸ ਚੀਜ਼ ਤੋਂ ਅੱਛਾ ਸ਼ਾਮ ਭਾਈ ਮੰਡੀ ਬਾਲ ਦੀ ਮਤਲਬ ਕਿ ਕੁਝ ਤੁਸੀਂ ਮੰਡੀ ਬਾਲ ਦੀ ਸਟੂਡੈਂਟ ਹਨ ਜਾਂ ਤੁਸੀਂ ਹੋਰ ਪੂਰੇ ਪਾਕਿਸਤਾਨ ਦੇ ਬੱਚੇ ਹਨ ਮਤਲਬ ਕਿ ਤੁਸੀਂ ਕੀ ਸੁਜੈਸਟ ਕਰੋ ਦੇ ਵੀ ਇਸ ਸ਼ੋਬੇ ਵੱਲ ਆਉਣਾ ਚਾਹੀਦਾ ਜਾਂ ਫਿਰ ਠੀਕ ਹੈ ਕਿ ਜੋ ਤੁਹਾਡੇ ਜ਼ਿਹਨ ਵਿੱਚ ਹੈ ਤੁਸੀਂ ਉਹ ਹੀ ਕਰੋ ਜਾਂ ਘਰ ਦੀ ਮੰਨ ਕੇ ਟਰੋ ਆਪਣੀ ਮਰਜ਼ੀ ਦੇ ਮੁਤਾਬਕ ਚੱਲਣਾ ਚਾਹੀਦਾ ਜਾਂ ਫਿਰ ਘਰ ਸਾਰੀ ਗੱਲ ਹੈ ਘਰ ਵਾਲੇ ਵੀ ਜੋ ਸੁਜੈਸਟ ਕਰਦੇ ਹਨ ਬੱਚੇ ਨੇ ਜੋ ਬਣਾਉਣਾ ਚਾਹੁੰਦੇ ਨੇ ਉਹ ਵੀ ਗਲਤ ਨਹੀਂ ਸੋਚਦੇ
ਤੇ ਤੁਹਾਡੇ ਮੁਤਾਬਕ ਜ਼ਿਹਨ ਦੇ ਮੁਤਾਬਕ ਜੋ ਬੱਚੇ ਦਾ ਜ਼ਿਹਨ ਹੁੰਦਾ ਉਸ ਨੂੰ ਉਹਦੇ ਟੋਰਨਾ ਚਾਹੀਦਾ ਜਾਂ ਫਿਰ ਘਰ ਵਾਲੇ ਦੇ ਮੁਤਾਬਕ ਟੋਰਨਾ ਚਾਹੀਦਾ ਸਲਮਾਨ ਭਾਈ ਬੇਸਿਕਲੀ ਕੋਈ ਵੀ ਵਾਲਦ ਇਹ ਨਹੀਂ ਸੋਚਦਾ ਕਿ ਮੇਰਾ ਬੱਚਾ ਨਾਕਾਮ ਹੋਵੇ ਉਹੀ ਸੋਚਦਾ ਕਿ ਮੇਰਾ ਬੱਚਾ ਅੱਛੀ ਜਗ੍ਹਾ ਤੇ ਜਾਵੇ ਉਹਦਾ ਫਿਊਚਰ ਹੋਵੇ ਉਹ ਕਾਮਯਾਬ ਹੋਵੇ ਜ਼ਿੰਦਗੀ 'ਚ ਲੇਕਿਨ ਸਾਡਾ ਇਲਾਕੇ ਦੀ ਥੋੜ੍ਹੀ ਜਿਹੀ ਹੈ ਕਿ ਉੱਥੇ ਸਾਡੇ ਵਾਲਦ ਮਤਲਬ ਉਹਨਾਂ ਵਿਚਾਰਿਆਂ ਕੋਲ ਇਤਨੀ ਐਜੂਕੇਸ਼ਨ ਨਹੀਂ ਸੀ ਉਹ ਹਾਸਲ ਨਹੀਂ ਕਰ ਸਕੇ ਅਤੇ ਉਹਨਾਂ ਨੂੰ ਡਿਫਰੈਂਟ ਫੀਲਡਸ ਦਾ ਨਹੀਂ ਪਤਾ ਉਹਨਾਂ ਨੂੰ ਉਹ ਚੀਜ਼ਾਂ ਪਤਾ ਜਿਹੜੀਆਂ ਉਹਨਾਂ ਵੇਖੀਆਂ ਆਪਣੀ ਜ਼ਿੰਦਗੀ 'ਚ ਨਾ ਉਹਨਾਂ ਵੇਖਿਆ ਕਿ ਪੁਲਿਸ ਦੀ ਨੌਕਰੀ ਅੱਛੀ ਹੁੰਦੀ ਹੈ ਅਤੇ ਆਰਮੀ ਦੀ ਨੌਕਰੀ ਅੱਛੀ ਹੁੰਦੀ ਡਾਕਟਰ ਅੱਛਾ ਹੁੰਦਾ ਇੰਜੀਨੀਅਰ ਅੱਛਾ ਹੁੰਦਾ ਉਹ ਇਹ ਚੀਜ਼ ਉਹਨਾਂ ਵੇਖੀਆਂ ਜ਼ਿੰਦਗੀ 'ਚ ਆਰਟਿਸਟ ਵਗੈਰਾ ਵੇਖੇ ਨੀ ਮੇਨ ਟਾਈਮ ਲੱਗਿਆ ਆਪਣੇ ਵਾਲਦ ਸਾਹਿਬ ਨੂੰ ਇੱਕ ਸਾਲ ਲੱਗਿਆ ਸਮਝਾਉਣੇ 'ਚ ਉਹਨਾਂ ਨੂੰ ਗਾਈਡ ਕਰਨੇ 'ਚ ਕਿ ਸਾਡਾ ਕੰਮ ਹੁੰਦਾ ਜਿਹੜੇ ਅੱਛੇ ਬੱਚੇ ਅੱਜ ਪੜ੍ਹ ਰਹੇ ਹਾਂ ਯੂਨੀਵਰਸਿਟੀਆਂ 'ਚ ਸਾਡੇ ਵਾਲਦ ਪੂਰੀ ਕੋਸ਼ਿਸ਼ ਕਰ ਰਹੇ ਅੱਛੇ ਕਾਲਜਾਂ ਗੱਲ ਕਿ ਅੱਛੀ ਐਜੂਕੇਸ਼ਨ ਦੇ ਕੇ ਸਨ ਅਤੇ ਸਾਡਾ ਕੰਮ ਬਣਦਾ ਉਹਨਾਂ ਨੂੰ ਵੀ ਆਪਣੇ ਨਾਲ ਅਸੀਂ ਰਲਾਈਏ ਇਹ ਨਹੀਂ ਕਿ ਅਸੀਂ ਉਹਨਾਂ ਨੂੰ ਐਜੂਕੇਸ਼ਨ ਨਾਲ ਅਸੀਂ ਉਹਨਾਂ ਨੂੰ ਸਾਡੇ ਹੁਣ ਬੱਚੇ ਕੋਸ਼ਿਸ਼ ਕਰਦੇ ਨੇ ਮੈਂ ਸਾਡੇ ਵਾਲਦ ਕਾਲਜ ਨਾ ਜਾਣ ਉਹਨਾਂ ਨੂੰ ਲੈ ਕੇ ਜਾਓ ਨਾਲ ਆਪਣੇ ਨਾ ਕਾਲਜ ਲੈ ਕੇ ਜਾਓ ਸਕੂਲ ਲੈ ਕੇ ਜਾਓਗੇ ਵੇਖੋ ਸਕੂਲ ਸਾਡੇ ਨਾਲ ਫਿਰ ਉਹਨਾਂ ਦਾ ਵੀ ਤੁਹਾਡੇ ਨਾਲ ਅਟੈਚਮੈਂਟ ਬਣ ਜਾਂਦੀ ਹੈ ਇੱਕ ਅਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੁਣ ਬੱਚਿਆਂ ਨੂੰ ਗੱਲ ਕਰ ਰਹੇ ਹੋ ਮਾਸ਼ਾਅੱਲਾ NCA ਵਿੱਚ ਨੈਸ਼ਨਲ ਕਾਲਜ ਆਫ ਆਰਟਸ ਮੇਰੇ ਨਾਲ ਉਹ ਕਸ਼ਮੀਰ ਜੰਮੂ ਕਸ਼ਮੀਰ ਦੀ ਲੜਕੀ ਪੜ੍ਹਦੀ ਹੈ ਜਿਹੜੀ ਇੰਡੀਆ ਤੋਂ ਆਈ ਹੋਈ ਹੈ ਮੇਰੀ ਕਲਾਸ ਫੈਲੋ ਦੁਬਈ ਤੋਂ ਲੜਕੀ ਆਈ ਹੈ ਰਸ਼ੀਆ ਦੇ ਬੱਚੇ ਹੁੰਦੇ ਨੇ ਉਸ ਤੋਂ ਬਾਅਦ ਹੁੰਜ਼ਾ ਜਿਹੜਾ ਐਂਡ ਪਾਕਿਸਤਾਨ ਅਤੇ ਚਾਈਨਾ ਦਾ ਬਾਰਡਰ ਦਾ ਉੱਥੋਂ ਬੱਚੇ ਦਾਰ ਐਨ ਪੜ੍ਹਨ ਵਾਸਤੇ NCA ਵਿੱਚ ਕਰਾਚੀ ਦੇ ਬੱਚੇ ਹਨ ਹਰ ਫੀਲਡ ਦੇ ਨਾ ਫਾਟਾ ਦੇ ਆਏ ਅਤੇ ਉਹ ਸਾਰੇ ਇਸ ਕੰਮ ਵਾਸਤੇ ਆ ਰਹੇ ਨੇ ਕਿ ਉਹ ਕੋਈ ਚੀਜ਼ ਸਿੱਖਣਾ ਚਾਹ ਰਹੇ ਨੇ ਅਤੇ ਲੇਕਿਨ ਇਹ ਕਿ ਸਾਡਾ ਜਿਹੜਾ ਸੈਂਟਰਲ ਪੰਜਾਬ ਹੈ ਨਾ ਬੇਸਿਕਲੀ ਸਰਗੋਧਾ ਸਾਈਡ ਹੋਊਗੀ ਮੰਡੀ ਵਾਲਦੀਨ ਸਾਈਡ ਹੋਊਗੀ ਇਹ ਇਸ ਚੀਜ਼ ਤੋਂ ਨਾ ਵਾਕਫ ਨੂੰ ਥੋੜ੍ਹਾ ਜਿਹਾ ਕਿਉਂਕਿ ਇੱਥੇ ਐਜੂਕੇਸ਼ਨ ਦਾ ਇਤਨਾ ਉਹ ਨਹੀਂ ਸੀ ਨਾ ਸ਼ੁਰੂ ਤੋਂ ਹੀ ਅਤੇ ਮਾਸ਼ਾਅੱਲਾ ਮੈਂ ਕਹਾਂਗਾ ਸਾਰੇ ਵਾਲਦੈਨ ਨੂੰ ਇੱਕ ਵਾਰੀ ਉਹ ਜ਼ਰੂਰ ਇਸ 'ਤੇ ਨਾ ਆਉਂਦਾ ਕਿ ਹਰ ਕਾਲਜ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਲੈਣ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ NCA ਦੀ ਜਾਂ ਇਸ ਤਰ੍ਹਾਂ ਕੋਈ ਵੀ ਯੂਨੀਵਰਸਿਟੀ ਜਿਹੜੇ ਡਿਪਾਰਟਮੈਂਟਸ ਕਰਾ ਰਹੇ ਹਨ ਉਹ ਮੈਂ ਹਾਜ਼ਰ ਉਹਨਾਂ ਵਾਸਤੇ ਕੋਈ ਇਨਫੋਰਮੇਸ਼ਨ ਉਸ ਬੱਚਿਆਂ ਨੂੰ ਕੋਈ ਐਡਮਿਸ਼ਨ ਵਾਸਤੇ ਉਹਨਾਂ ਨੂੰ ਮਸਲਾ ਹੋਵੇ ਤਿਆਰੀ ਕਰਨੀ ਹੋਵੇ ਫਰੀ ਆਫ ਕਾਸਟ ਮੈਂ ਉਹਨਾਂ ਨੂੰ ਮਤਲਬ ਸੈਰੀ ਤਿਆਰੀ ਕਰਾਵਾਂਗਾ ਮੈਂ ਆਪੇ ਇਸ ਟਾਈਮ ਤਿਆਰੀ ਕੀਤੀ ਸੀ ਇੱਥੇ ਆ ਕੇ NCA ਵਾਸਤੇ ਮੈਂ ਸਮਝ ਲਓ ਇੱਕ ਮਹੀਨੇ 10,000 ਫੀਸ ਦਿੰਦਾ ਰਿਹਾ ਲੇਕਿਨ ਮੈਂ ਜਿਹੜਾ ਮੈਂ ਸਿੱਖਿਆ ਜਿਹੜਾ ਕੁਛ ਸਿੱਖਿਆ ਮੈਂ ਚਾਹੁੰਦਾ ਕਿ ਮੈਂ ਬੱਚਿਆਂ ਆਪਣੇ ਇਲਾਕੇ ਦੇ ਬੱਚਿਆਂ ਨੂੰ ਫਰੀ ਸਿਖਾਵਾਂ ਸਾਰੀ ਚੀਜ਼ਾਂ ਤਾਂ ਕਿ ਉਹ ਮਤਲਬ ਉਹ ਇਨ ਚੀਜ਼ਾਂ ਤੋਂ ਮੁਤਾਜ ਨਾ ਹੋਣ ਕਿ ਅਗਰ ਸਾਡੇ ਕੋਲ ਹੁਣ ਮੇਰੇ ਨੰਬਰ ਮੈਂ ਜਦੋਂ ਯਕੀਨ ਮੰਨੋ ਮੇਰੇ ਆਪੇ ਸੀਚ ਮੈਂ ਕੀਤੀ ਮੇਰੇ ਨੰਬਰ 60% ਆ ਮੁਸ਼ਕਲ ਨਾਲ ਅਤੇ ਮੈਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਮੈਂ ਕਿਹੜੇ ਡਿਪਾਰਟਮੈਂਟ 'ਚੋਂ ਜਾਵਾਂ ਅੱਗੋ ਜਾਂ ਕਿਹੜੀ ਯੂਨੀਵਰਸਿਟੀ ਮਿਲ ਲਵੇਗੀ ਕਿਉਂਕਿ ਆਹ ਯੂਨੀਵਰਸਿਟੀ ਦਾ ਮੈਰਿਟ ਜਿਹੜਾ 80% 70% ਸ਼ੁਰੂ ਹੋ ਰਿਹਾ NCA ਦੀ ਬਿਹਤਰ ਗੱਲ ਇਹ ਵੀ ਹੈ ਕਿ ਇਹਨਾਂ ਦੀ ਪਰਸੈਂਟੇਜ ਹੈ 45% ਐਡਮਿਸ਼ਨ ਦੀ ਜਦੋਂ ਬੱਚੇ ਮਤਲਬ ਚੜ੍ਹਦੇ ਹੁੰਦੇ ਨਾ ਪੜ੍ਹਾਈ ਕਿ ਸਾਡੇ ਨੰਬਰ ਕੋਈ ਨਹੀਂ ਉਹ ਵੀ ਇਸ ਪਾਸੇ ਆ ਸਕਦੇ ਨੇ ਯਾਰ ਮਤਲਬ ਤੁਹਾਡੇ ਪਾਸ ਦਰਵਾਜ਼ੇ ਖੁੱਲ੍ਹੇ ਨੇ ਦੂਜੀ ਦੀ ਸਭ ਤੋਂ ਅੱਛੀ ਗੱਲ ਇਹਦੀ ਏਜ ਲਿਮਿਟ ਕੋਈ ਨਹੀਂ ਠੀਕ ਹੈ ਤੁਸੀਂ ਅਗਰ 40 ਸਾਲ ਦੇ ਵੀ ਹੋ ਤਾਂ ਵੀ ਤੁਹਾਨੂੰ ਯੂਨੀਵਰਸਿਟੀ ਐਡਮਿਸ਼ਨ ਦੇਣੀ ਹੈ ਇਹ ਵਾਲੀ NCA ਜਿਹੜੀ ਹੈ ਤੁਹਾਡੇ 'ਚ ਅਗਰ ਤੁਸੀਂ ਸਿੱਖਣਾ ਚਾਹੁੰਦੇ ਹੋ ਕਲਾਸ ਕੋਈ ਵੀ ਸਿੱਖਣਾ ਚਾਹੁੰਦੇ ਹੋ ਕਿਸੇ ਉਮਰ ਦੇ ਵੀ ਹੋ ਤੁਹਾਨੂੰ ਐਡਮਿਸ਼ਨ ਦਿੰਦੇ ਨੇ ਡਿਪਲੋਮੇ ਵੀ ਕਰਾਉਂਦੇ ਨੇ 3-3 ਮਹੀਨੇ ਦੇ 6-6 ਮਹੀਨੇ ਦੇ ਬਸ ਸਿੱਖੋ ਤੁਸੀਂ ਆ ਕੇ ਇੱਥੇ ਅੱਛਾ ਉਹ ਇਸ ਲਿਹਾਜ਼ ਨਾਲ ਯੂਨੀਵਰਸਿਟੀ ਕਾਫੀ ਓਪਨ ਹੈ ਮਤਲਬ ਥੋੜ੍ਹਾ ਸਮੇਂ ਦੇਰ ਲੱਗਦੀ ਸਨ ਇੱਕ ਵਾਰੀ ਸਮਝ ਜਾਓ ਤਾਂ ਗੱਲ ਸਮਝ ਆ ਜਾਏ ਬਹੁਤ ਆਸਾਨ ਰਸਤਾ ਹੈ ਇਸ ਚੀਜ਼ ਦਾ ਨਾ ਤੇ ਹੁਣ ਐਡਮਿਸ਼ਨ ਜਿਹੜੇ ਹਨ ਐਡਮਿਸ਼ਨ ਇਸ ਸਾਲ ਵੀ ਇੱਕ ਸੀਟ ਤੇ ਸਮਝ ਲਓ 40-40 ਬੱਚਾ ਸੀ ਇਤਨਾ ਸੱਕ ਐਡਮਿਸ਼ਨ ਹੋ ਗਿਆ NCA ਦਾ ਅੱਛਾ ਉਹ ਚੀਜ਼ ਜਿਹੜੀ ਬਿਲਕੁਲ ਦੂਸਰਾ ਇਸ ਚੀਜ਼ ਦਾ ਅੱਛੀ ਬਾਤ ਇਹ ਮੈਂ ਜਦੋਂ ਕਿ ਦੱਸੀ ਕਿ ਅਸੀਂ ਨਾਲ ਨਾਲ ਅਰਨਿੰਗ ਵੀ ਕਰ ਸਕਦੇ ਹਾਂ ਆਪਣੀ ਸਟੂਡੈਂਟ ਲਾਈਫ ਵਿੱਚ ਹੀ ਨਾ ਜੀ ਬਿਲਕੁਲ ਤੁਸੀਂ ਸਟਾਰਟ ਕਰ ਸਕਦੇ ਹੋ ਜਾਂ ਫਿਰ ਕਿਸੇ ਨਾਲ ਪਾਰਟ ਟਾਈਮ ਆਪਣਾ ਕੰਟਰੈਕਟ ਕਰਕੇ ਤੁਸੀਂ ਅਰਨਿੰਗ ਕਰ ਸਕਦੇ ਹੋ ਅੱਛਾ ਅਸ਼ਾਮ ਭਾਈ ਬਹੁਤ ਸ਼ੁਕਰੀਆ ਤੁਸੀਂ ਇਹ ਦੱਸਿਆ ਭਈ ਰਾਬਤਾ ਕਰੋ ਫਰੀ ਆਫ ਕਾਸਟ ਮੈਂ ਦੋਨ ਲਰਨ ਕਰਾਂਦਾ ਦੋਨ ਮੈਂ ਗਾਈਡ ਕਰਾਂਦਾ ਬਿਲਕੁਲ ਅਸ਼ਾਮ ਕੋਈ ਅਗਰ ਤੁਹਾਡਾ ਰਾਬਤਾ ਕਰਦਾ ਤਾਂ ਉਹ ਕਿਸ ਤਰ੍ਹਾਂ ਰਾਬਤਾ ਕਰੇ ਤੁਹਾਡਾ ਕੋਈ ਪੇਜ ਹੈ ਜਰਨਲਿਸਟ ਮੇਰੇ ਖਿਆਲ ਨਾਲ ਤੁਹਾਡਾ ਇੱਕ ਪੇਜ ਵੀ ਹੈ ਬਾਰ ਮੂਸਾ ਜਰਨਲਿਸਟ ਇਸ ਤੋਂ ਇਲਾਵਾ ਅਗਰ ਕੋਈ ਰਾਬਤਾ ਕਰਨਾ ਚਾਹੇ ਤਾਂ ਉਹ ਕਿਸ ਤਰ੍ਹਾਂ ਰਾਬਤਾ ਤੁਹਾਡੇ ਨਾਲ ਕਰ ਸਕਦਾ ਹੈ ਜਿਹੜਾ ਹੈ ਨਾ ID ਬਾਰਮਸ ਜਰਨਲਿਸਟ ਉਹ ਵੀ ਲਿੰਕਡ ਹੈ ਮੇਰੇ ਨਾਲ ਮਤਲਬ ਉਸ 'ਚ ਮੈਂ ਅਸੀਂ ਟੀਮ ਹੈ SLC ਪਿੰਡ ਦੀ ਅਸੀਂ ਕੰਮ ਕਰ ਰਹੇ ਹਾਂ ਸਾਰੇ ਜੇ ਉਹਦੇ ਵੀ ਰਾਬਤਾ ਕਰ ਸਕਦਾ ਮੇਰੀ ਆਪਣੀ ID ਹੈ ਸ਼ਾਮ ਗੋਨਲ ਦੇ ਨਾਂ 'ਤੇ ਸ਼ਾਮ ਅਹਿਮਦ ਗੋਨਲ ਉਸ 'ਤੇ ਕਰ ਸਕਦਾ ਉਸ ਤੋਂ ਬਾਅਦ ਨੰਬਰ ਦੇ ਸਕਦਾ ਮੈਨੂੰ ਆਪਣਾ ਨੰਬਰ 'ਤੇ ਕੰਟੈਕਟ ਕਰਨਾ ਹੋਵੇ ਤਾਂ ਮੇਰਾ ਨੰਬਰ ਵੀ ਮੈਂ ਜਿਹੜਾ ਉਸ 'ਤੇ ਜੀ ਮੈਂ ਉਹ ਨੰਬਰ ਵੀ ਦੇ ਦਿੰਦਾ ਜੀ ਠੀਕ ਹੈ ਅਤੇ ਅੱਛਾ ਠੀਕ ਹੋ ਗਿਆ ਸ਼ਾਮ ਭਾਈ ਬਹੁਤ ਸ਼ੁਕਰੀਆ